मान ला एक ट्रैक्टर से दो ट्रैक्टर बन गए, दो बन गए। देखो अब आता भी किमें गेयर पैंदे ने अंदरूनी हिस्सा है ना ट्रैक्टर का। मित्रों 5310 जौंडीआर का जिहड़ा बंद हो गया सी, किसानों को बहुत बड़ा सिकवा सी कि 5310 मिल नहीं रहा, पर यह ट्रैक्टर अजकल बिल्कुल नवी लुक दे विच आ गया। धूरी एजेंसी दे विच असीं खड़े हां जिथे ट्रैक्टर पहुँच चुक्या CRDI ਟੈਕਨੋਲੋਜੀ ਦੇ ਨਾਲ। ਅੱਜ ਇਹਦੇ ਸਾਰੇ ਫੀਚਰਾਂ ਬਾਰੇ ਤੁਹਾਨੂੰ A to Z ਜਾਣਕਾਰੀ ਦੇਵਾਂਗੇ ਆਪਾਂ। ਤੇ ਭਰਾ ਹਨਾ ਜਾਣਕਾਰੀ ਦੇ ਤੇ ਕੀ ਕੀ ਫਿਊਚਰ ਚੇਂਜ ਹੋਇਆ ਟਰੈਕਟਰ ਦੇ ਤੇ ਘਰ ਸ਼ੁਰੂ 5310 ਤੋਂ ਪਹਿਲਾਂ ਇਹ 2 HP ਟਰੈਕਟਰ ਦੀ ਵਧਾ ਦਿੱਤੀ ਗਈ ਆ। ਪਹਿਲਾਂ ਇਹ 55 ਚਾਹੁੰਦਾ ਸੀਗਾ, ਹੁਣ 57 ਪਾਵਰ ਕਰਤਾ, ਪਰ ਉਹਦੇ ਬਾਵਜੂਦ ਵੀ ਇਹਦਾ ਜਿਹੜਾ ਡੀਜ਼ਲ ਖਰਚ ਹੈ ਉਹ ਘੱਟ ਹੋ ਗਿਆ। ਇਹਦੇ ਵਿੱਚ ਇੱਕ ਬਹੁਤ ਵੱਡਾ ਫੀਚਰ ਦਿੱਤਾ ਕੰਪਨੀ ਨੇ, ਉਹ ਵੀ ਤੁਹਾਨੂੰ ਦੱਸਾਂਗੇ। ਉਹਦੇ ਨਾਲ ਤੁਸੀਂ बहुत ज्यादा ਮਹਾ ਬਚਤ कह सकते आप डीजल की कर सकते हो। जिमें आप कह सकते हैं ना दो कहने भी दो ट्रैक्टर रखने पैंदे ने बड़े जिमीदार ने, जिमें नाल पहला कोई छोटा हो ट्रैक्टर, पर हुण उहदी कोई लोड़ नहीं, इसे दे विच ही ऑप्शन देती। ते आजा हुण सारा पहला ट्रैक्टर की शो दिखा दो। ये सिंगल पीस बोनट देता, ठीक है ठीक है ना, सिंगल पीस दे विच देख सकदे जाली इहदी लुक है जिहड़ी टोटली चेंज करती। जिमें बड़े ट्रैक्टरां दी आउंदी जौंडीआर दे उही चीज़ करती इहदे विच। ਤੇ ਇਸ ਤੋਂ ਬਾਅਦ ਤੈਨੂੰ ਆ ਜਾ ਬੌਂਟ ਚੱਕ ਕੇ ਦਿੰਨੇ ਆ ਸਾਰੀ ਜਾਣਕਾਰੀ। ਤੇ ਆ ਦੇਖੋ ਹਾਈਡ੍ਰੋਲਿਕ ਜੈਕ ਨੇ ਬਹੁਤ ਈਜ਼ੀਲੀ ਚੱਕਿਆ ਜਾਂਦਾ। ਮਤਲਬ ਪਹਿਲੇ ਟਰੈਕਟਰਾਂ 'ਚ ਨਹੀਂ ਆਉਂਦਾ ਸੀ ਇਹ ਚੀਜ਼। ਨਾ 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 ਟਰਬੋ ਤਾਂ ਵੀ ਇਹਦੇ ਵਿੱਚ ਆਉਂਦੀ ਸੀਗਾ ਪਹਿਲਾਂ ਹਨਾ, ਇੰਟਰਕੂਲਰ ਵੀ ਆਉਂਦਾ ਸੀ। ਤੇ ਇਹਦੇ ਵਿੱਚ ਨਵਾਂ ਫੀਚਰ ਦਿੱਤਾ ਟਰਾਂਸਮਿਸ਼ਨ ਆਇਲ ਠੰਡਾ ਕਰਨ ਲਈ। ਹੁਣ ਇਹ ਵੀ ਨਹੀਂ ਗਰਮ ਹੁੰਦਾ, ਇਹ ਵੀ ਕੰਪਨੀ ਨੇ ਤੋਂ ਨੇੜੋਂ ਦਿਖਾ ਦੇ ਯੂਜ਼ ਕਰਕੇ ਬਹੁਤ ਵਧੀਆ ਫੀਚਰ ਦਿੱਤਾ ਵੀ ਇਹ ਵੀ ਹੁਣ ਠੰਡਾ ਰਿਹਾ ਕਰੇ। ਤੇ ਇੱਕ ਪ੍ਰੀਤ ਆਪਣਾ ਕਹਿੰਦੇ ਸੀ ਸੈਂਸਰ ਸਿਸਟਮ ਲੱਗਿਆ ਇਹਦੇ ਉੱਤੇ, ਇਹਦੇ ਵਿੱਚ ਹਾਂ ਬਈ ਸਾਰੇ ਕਾਸੇ ਦੇ ਡੀਜ਼ਲ ਸੈਂਸਰ ਅਲੱਗ-ਅਲੱਗ ਹਰੇਕ ਚੀਜ਼ ਵਾਸਤੇ ਅਡਾਪਟ ਸੈਂਸਰ ਦਿੱਤੇ ਨੇ। ਆਹ ਤੁਹਾਨੂੰ ਸਾਰਾ ਦਿਖਾਉਣਾ ਆਪਣਾ ਸਿਸਟਮ। ਤੇ ਆਹ ਦੇਖੋ ਇਹਦੇ ਇਧਰੋਂ ਤੈਨੂੰ ਲੁੱਕ ਦਾ ਜਮਾ ਫਰਕ ਲੱਗਦਾ। ਪੰਪ ਦੇ ਵਿੱਚ ਵੀ ਨਾ ਚੇਂਜ ਦਿੱਤਾ। ਇੰਜੈਕਟਰ ਸਿਸਟਮ ਆ ਬਾਈ ਇਹਦੇ, ਇੰਜੈਕਟਰ ਸਿਸਟਮ ਓਕੇ। ਜਿਵੇਂ CRDI ਕਾਮਨ ਰੇਲ DI ਹੁੰਦਾ ਡਾਇਰੈਕਟ ਇੰਜੈਕਸ਼ਨ, ਇਹ ਕਾਮਨ ਰੇਲ ਡਾਇਰੈਕਟ ਇੰਜੈਕਸ਼ਨ ਹੋ ਗਿਆ। ਇਹਦਾ ਟੋਟਲੀ ਇੱਥੋਂ ਪੰਪ ਵਗੈਰਾ ਦਾ ਖਰਚ ਮਿਲੂ, ਇੰਜੈਕਟਰ ਸਿਸਟਮ ਆ ਗਿਆ। ਤੇ ਇੱਕ ਚੀਜ਼ ਤੂੰ ਪਲੇਟਫਾਰਮ ਦੇਖ ਟਰੈਕਟਰ ਦਾ, ਸਾਰਾ ਹੀ ਕਵਰ ਕਰ ਲਿਆ। ਹਾਂ ਜਮਾ ਕੰਫਰਟੇਬਲ ਹੋ ਗਿਆ ਬੈਠਣ ਲਈ, ਖੁੱਲਾ ਡੁੱਲਾ ਹੋ ਗਿਆ। ਇਧਰੋਂ ਦੇਖੋ ਕੋਈ ਚੀਜ਼ डिगदी है जो मोबाइल वगैरह ये नहीं है भी थले चल जू ऐसी रह जू। तो हम मैट भी कंपनी आप ही देंदी है, ठीक है अपन बाचू खरीदन की लोड़ नहीं। तो ये गेयर वाले लीवर का फर्क पाता तो हम दस ही दईए, बहुती वेट ना कराते हुए आ जा उपर आ जा। एक प्रीत तू कहना सी उत्ते अपना मीटर च भी है ना कोई होर फ्यूचर आ, मेन फ्यूचर जो तू कहना सी फीचर सब तो बड़ा फीचर आ जा उपर आ जा तेन दिखाने बई। तो सब तो पहला चाबी लाने ते मीटर दे है ना कारां वाला सिस्टम। एक बारी दोबारे दिखाना, देखो सारा दसो पार्किंग मोड दे विच है किवें की गलबात है। ते सब तो बड़ा फीचर की है भी आपां नूं की हुंदा सी बड़ा ट्रैक्टर घरे रखदे सी ओहदा तेल खर्चा हुंदा ज़्यादा, नाल एक छोटा रखना पैंदा सी। हुण ओहदी लोड दो दी एक जी खत्म करती। आ बटन दे इक ध्यान दे स्टैंडर्ड मोड इको मोड, जो ये इको मोड दे विच आ गया ट्रैक्टर 45 हॉर्स पावर का बन गया। अच्छा भी मन के खर्चा घटा आंदा, खर्चा घट गया 45 हॉर्स पावर का बन गया ट्रैक्टर। ते एक बटन दब के 57 का बन गया एक चुटकी नाल ही, मतलब इको ट्रैक्टर ते दो ट्रैक्टर बन गए, दो बन गए। हाँ पता नहीं दे नाल जदों ਇਹ ਟੈਕਨੋਲੋਜੀ ਨਵੀਂ आई सी ਵੱਡੇ ਟਰੈਕਟਰਾਂ ਦੇ ਵਿੱਚ ਤਾਂ ਕਹਿ ਰਹੇ ਸੀ ਯੂਟਿਊਬਰ ਲੋਕ ਕਹਿ ਰਹੇ ਸੀ ਵੀ ਡਬਲ ਇੰਜਨ ਵਾਲਾ ਆ ਗਿਆ, ਪਰ ਇੰਜਨ ਇੱਕੋ ਹੀ ਆ, ਮੋੜ ਦੋ ਦੇਤੇ, ਖਰਚੇ ਦੀ ਬਹੁਤ ਬਚਤ ਹੋ ਗਈ। ਆ ਇੱਕੋ ਮੋੜ ਲੱਗ ਗਿਆ ਤੇ ਇੱਥੋਂ ਹੀ ਜੇ ਵੱਡੇ ਕੰਮ ਚਲਾਉਣਾ ਸਟੈਂਡਰਡ ਮੋੜ ਲੱਗ ਗਿਆ। ਮਤਲਬ ਇਹ ਫਿਊਚਰ ਆਪਣਾ ਗੱਡੀਆਂ ਚ ਆਉਂਦਾ ਹੈ, ਫੀਚਰ ਨਹੀਂ ਆਉਂਦਾ ਕਾਰਾਂ ਚ ਤਾਂ ਨਹੀਂ ਆਉਂਦਾ ਇਹ, ਪਰ ਟਰੈਕਟਰ ਦੇ ਲਈ ਇਹ ਬਹੁਤ ਵਧੀਆ ਸਿੱਧ ਹੋਣਾ, ਕਿਉਂਕਿ ਆਪਾਂ ਨੂੰ ਹੁਣ ਦੋ ਟਰੈਕਟਰ ਰੱਖਣ ਦੀ ਲੋੜ ਨਹੀਂ, ਦੋ ਜਿੰਨਾ ਕੰਮ ਇਕੱਲਾ ਕਰੂਗਾ ਇਹ, ਠੀਕ ਆ। ਤੇ ਬਾਕੀ ਮੀਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਈਜ਼ੀ ਕਰਤਾ। ਰੇਸ ਜਿਹੜੀ ਜੌਂਡੀਆਰ ਦੀ ਥੋੜੀ ਔਖੀ ਹੁੰਦੀ ਸੀ ਪਹਿਲਾਂ, ਇਹਦੇ ਲੀਵਰ ਦਾ ਫਰਕ ਦੀ ਆ ਉੱਪਰ ਥੱਲੇ ਦੂਜੇ ਲੋਟ ਹੁੰਦਾ ਸੀ, ਦੂਜੇ ਲੋਟ ਹੁੰਦਾ ਸੀ। ਹਾਂ ਜੀ ਹੁਣ ਜਮਾ ਈਜ਼ੀ ਕਰਤਾ ਤੇ ਹੋਰ ਬੜਾ ਖੁੱਲਾ ਵੀ ਲੱਗਦਾ ਹੈ ਨਾ, ਖੁੱਲਾ ਵੀ ਕਰਤਾ ਪਲੇਟਫਾਰਮ ਤੇ ਚਲਾ ਕੇ ਵੀ ਆਪਾਂ ਜ਼ਰੂਰ ਦਿਖਾਵਾਂਗੇ। ਹਾਂ ਸੈਲਫ ਜ਼ਰੂਰ ਮਾਰਦੇ ਤੇ ਦੇਖੋ ਆਵਾਜ਼ ਦੇਖ ਬਹੁਤ ਘੱਟ ਹੈ ਨਾ, ਸ਼ਾਂਤ ਮਾਹੌਲ ਜਮਾ ਸ਼ਾਂਤ। ਤੇ ਹੁਣ ਆਪਾਂ ਰੇਸ ਕਰਦੇ ਆ, ਉਧਰ ਧਿਆਨ ਦੇ। ਧੂਆ मारते जी पहला ट्रैक्टर, हम धूआ जमा नहीं मारता। देख है कोई शिकायत ना। ये पोल्यूशन भी राहत करता ते चाबी तो ही बंद होंदा हुण। ठीक है, थले झुक के चोक खिचण दी भी लोड़ नहीं। पोल्यूशन जिवें गवर्नमेंट ने नवे नॉर्म्स लॉन्च कीते ने भी सीआरडीआई दे विच पोल्यूशन हुण जमे ही नहीं करता, खत्म ही करता धुआं वगैरा। ते बाकी तू प्लेटफार्म देख सकदा। आजा हुण आपां पिछों दिखाईए ट्रैक्टर नूं। अज कल खेतीबाड़ी वाले इंप्लीमेंट तैनूं पता बहुत भारे आ गए है ना, जिवें सुपर सीडर वगैरा। उहनूं ध्यान दे विच रखदे होए कंपनी ने इहदी लिफ्ट कैपेसिटी 2000 तो वधा के 2500 करती। अच्छा हां, 2500 केजी ਇਹਦੀ ਲਿਫਟ ਕਪੈਸਿਟੀ ਕਰਤੀ। पर जे किसी ਨੂੰ ਚਾਹੀਦਾ 2000 ਵਾਲਾ भी अवेलेबल हैगा। ठीक है, बंद ਉਹ भी नहीं ਹੋਇਆ, ਉਹ भी मिल जूगा। तो ਇਹਦੀ ਜਿਹੜੀ ਡੀਜ਼ਲ ਕਪੈਸਿਟੀ ਹੈ ਇਹਦੇ ਵਿੱਚ भी थोड़ी जी इंप्रूवमेंट ਕੀਤੀ ਹੈ। ਇਹ ਹੁਣ 72 ਲੀਟਰ ਡੀਜ਼ਲ ਆਪਾਂ ਟੈਂਕੀ ਦੇ ਵਿੱਚ ਪਾ ਸਕਦੇ। ਠੀਕ ਹੈ, ਪਹਿਲਾਂ ਕਿੰਨਾ ਸੀ? ਪਹਿਲਾਂ 66 67 ਕ ਪੈਂਦਾ ਸੀਗਾ। ਠੀਕ ਹੈ, ਯਾਨੀ ਕਿ ਟੈਂਕੀ ਵੱਡੀ 60 ਦੇ ਕਰੀਬ। ਹਾਂ, ਹੁਣ ਟੈਂਕੀ ਵੱਡੀ ਕਰਤੀ ਤੇ 2-2 ਇੰਚ ਦੀ ਚੜਾਈ ਵਧ ਗਈ ਸਾਈਡਾਂ ਤੋਂ। अच्छा अच्छा, 2-2 इंच ਵਧੀਆ। ਹਾਂ ਤੇ ਚੜਾਈ ਦੇ ਨਾਲ ਨਾਲ ਟਰੈਕਟਰ ਦੀ ਲੰਬਾਈ ਵੀ ਵਧਾਈ ਗਈ ਆ। ਹਾਂ ਦੇਖ ਸਕਦੇ ਹੋ ਟਰੈਕਟਰ ਪਹਿਲਾਂ ਨਾਲੋਂ ਲੰਬਾ ਹੋ ਗਿਆ। ਤੇ ਬਾਕੀ ਹੁਣ ਕਸਟਮਰ ਦੱਸਣਗੇ ਕਮੈਂਟਾਂ ਦੇ ਵਿੱਚ ਵੀ ਕਿਵੇਂ ਲੱਗਿਆ ਉਹਨਾਂ ਨੂੰ ਟਰੈਕਟਰ ਹਨਾ। ਤੇ ਸਾਹਮਣੇ ਉਹ ਲੁੱਕ ਦੇਖ, ਲਾਈਟਾਂ ਵਗੈਰਾ ਦੀ ਟੋਟਲੀ ਚੇਂਜ ਹੋ ਗਈ ਇਹ। ਹਾਂ, ਨਵੀਂ ਲੁੱਕ ਦੇ ਵਿੱਚ ਆ ਗਿਆ ਨਾ। 54-5 ਚ ਜਿਵੇਂ ਆਉਂਦੀ ਸੀ ਸੇਮ ਉਸੇ ਤਰ੍ਹਾਂ ਦੀ ਆ ਗਈ। ਤੇ 54-5 ਵੀ ਲਵੀ ਖੜਾ। 54-5 ਵੀ ਆਜੋ ਦਿਖਾ ਦਿੰਨੇ ਆ। 54-5 ਦੇ ਜਿਹੜੇ ਫੀਚਰ ਨੇ ਸੇਮ ਹੀ ਨੇ ਸਾਰੇ, ਉਸੇ ਨਾਲ ਦੇ ਸੇਮ ਫੀਚਰ ਮਿਲਣਗੇ। ਬਸ ਇਹਦੇ ਵਿੱਚ HP ਦਾ ਫਰਕ ਹੈ। ਮਤਲਬ 4x4 ਆ ਗਿਆ, 4x4 ਆ ਗਿਆ। ਇਹ 2 ਵੀਲ ਵੀ ਆਉਂਦਾ। ਅੱਛਾ, 2 ਵੀਲ ਵੀ ਆਉਂਦਾ 4x। ਤੇ ਉਹ ਜਿਹੜਾ 4 ਵੀਲ ਹੈ ਉਹ ਕਮਿੰਗ ਸੂਨ ਹੈ। ਉਹਦੇ ਬਾਰੇ ਵੀ ਆਪਾਂ ਜਲਦੀ YouTube ਤੇ ਅਪਡੇਟ ਦੇਵਾਂਗੇ ਜਦੋਂ ਆ ਗਿਆ। ਤੇ 50-75 ਵੀ ਆ। 50-75 ਇਹ ਕੰਪਨੀ ਦਾ ਕਹਿ ਸਕਦੇ ਸਭ ਤੋਂ ਵੱਡਾ ਟਰੈਕਟਰ ਹੈ। ਠੀਕ ਆ। ਅੱਛਾ, ਜੌਂਡੀਅਰ ਦਾ ਸਭ ਤੋਂ ਵੱਡਾ, ਜੌਂਡੀਅਰ ਦਾ। ਇਦੋਂ ਉੱਤੇ ਕੁਝ ਨਹੀਂ। ਠੀਕ ਹੈ, ਮਤਲਬ ਇਦੋਂ ਵੱਧ HP ਦਾ ਟਰੈਕਟਰ, ਇਦੋਂ ਵੱਧ HP ਦਾ ਨਹੀਂ ਆਉਂਦਾ। ਇਹ 50-75 ਆ ਗਿਆ 4 ਵੀਲ। ਨਵੀਂ ਲੁੱਕ ਦੇ ਵਿੱਚ ਆ ਤਿੰਨੋਂ ਹੀ ਮਾਡਲ ਆ ਹੈਨਾ। ਤਿੰਨੋਂ ਮਾਡਲਾਂ ਦੀ ਹੁਣ ਸੇਮ ਲੁੱਕ ਹੋਊਗੀ। ਠੀਕ ਹੈ। ਤੇ ਲੈ ਵੀ ਦੇਖ ਸਕਦੇ ਹੋ ਮਿੱਤਰੋ, ਇੱਕੋ ਜੀ ਮਤਲਬ ਤੋਂ ਬੰਟ ਗਈ ਸ਼ੁਰੂ ਪੈਦੀ। ਤੇ ਇਹ ਟਰੈਕਟਰ ਨੇ ਜਿਹੜੇ ਧੂਰੀ ਏਜੰਸੀ ਦੇ ਵਿੱਚ ਅਵੇਲੇਬਲ ਹੋ ਗਿਆ 5310। ਹਲੇ ਆਇਆ ਨਹੀਂ ਨਾ, ਮਤਲਬ ਸਾਰੀਆਂ ਏਜੰਸੀਆਂ ਦੇ ਵਿੱਚ ਬਹੁਤ ਘੱਟ ਅਵੇਲੇਬਲ ਹੈ। ਧੂਰੀ ਸ਼ਹਿਰ ਦੇ ਵਿੱਚ ਆਇਆ, ਧੂਰੀ ਸ਼ਹਿਰ ਦੇ ਵਿੱਚ ਆ ਗਿਆ ਤੇ ਹੌਲੀ ਹੌਲੀ ਸਾਰੇ ਕਿਤੇ ਆ ਜਾਊਗਾ। ਸ਼ਾਇਦ ਵੀਡੀਓ ਵੀ ਆਪਣੀ ਪਹਿਲੀ ਹੋਵੇ ਹੈ ਨਾ ਭਈ, ਲੱਗਦਾ ਤਾਂ ਇਹੀ ਆ। ਬਾਕੀ ਦੇਖੋ, ਤੇ ਬਾਕੀ ਸਾਰਾ ਕੁਝ ਸੇਮ ਹੀ ਆ। ਇੰਜਨ ਦੇ ਵਿੱਚ ਡਿਫਰੈਂਸ ਆ ਜਿਹੜਾ ਮੇਨ ਇੰਜਨ ਹੁੰਦਾ। ਤੇ ਕੀ ਚੀਜ਼ ਜਿਹੜਾ ਮੋੜ ਆ, ਇਕੋ ਵਾਲਾ ਮੋੜ। ਹਾਂ, ਕਿਉਂਕਿ ਇਹ ਇਕੋ ਵਾਲਾ ਮੋੜ ਦੇਖੋ ਕੀ ਹੁੰਦਾ। ਹੋਰ ਕੰਪਨੀਆਂ ਦੇ ਵਿੱਚ ਵੀ ਸਿਰਫ ਵੱਡੇ ਟਰੈਕਟਰਾਂ ਦੇ ਵਿੱਚ ਆਉਂਦਾ, ਪਰ ਇਹ ਕੈਟਾਗਰੀ ਦੇ ਵਿੱਚ ਪਹਿਲੀ ਵਾਰੀ ਆਪਾਂ ਨੂੰ ਇਕੋ ਮੋੜ ਦੇਖਣ ਨੂੰ ਮਿਲਿਆ। ਵਿੱਚ ਆਪਾਂ ਕਹਿੰਦੀ ਕੰਪਨੀ ਵਾਲੇ 5310 ਦੇ ਵਿੱਚ, 5310 ਦੇ ਵਿੱਚ ਉਹਨਾਂ 'ਚ ਵੀ ਹੋਊਗਾ ਬਈ। ਇਹ ਉਹਨਾਂ ਦੋਨਾਂ 'ਚ ਹੈਗਾ। ਅੱਛਾ, ਉਹਨਾਂ 'ਚ 54-5 ਦਾ ਨਵੇਂ ਮਾਡਲਾਂ 'ਚ ਹੈਗਾ। ਤਿੰਨਾਂ 'ਚ ਹੈ। 54-5 ਤਾਂ ਪਹਿਲਾਂ ਆਉਂਦਾ ਹੀ ਆਉਂਦਾ ਹੈ। 50-75 ਵੀ ਆਉਂਦੀ ਤੇ ਇਹਦੇ ਵਿੱਚ ਵੀ ਇਕੋ ਮੋੜ ਹੈ ਜਿਹੜਾ ਆ ਗਿਆ। ਯਾਨੀ ਕਿ ਹਾਂ, ਕੋਈ ਵਾਲੀ ਜਮੀ ਗੱਲ ਆ ਵੀ ਲਵੇ ਵੱਡੇ ਟਰੈਕਟਰ ਦੇ ਨਾਲ ਛੋਟਾ ਟਰੈਕਟਰ ਰੱਖਣਾ ਪੈਂਦਾ ਵੀ ਖਰਚੇ ਘੱਟ ਵਾਸਤੇ ਹੈ ਨਾ। ਹਾਂ, ਉਹ ਚੀਜ਼ ਦੀ ਹੁਣ ਜਿਹੜੀ ਆ ਲੋੜ ਉਹ ਨਹੀਂ ਪੈਣੀ। ਯਾਨੀ ਕਿ ਇੱਕ ਸਵਿਚ ਹੈ। ਹਾਂ, ਇੱਕ ਸਵਿਚ ਤੋਂ ਇਹ ਨਹੀਂ ਹੈਗਾ ਕਿ ਮਿਸਤਰੀ ਕੋਲੇ ਜਾ ਕੇ ਇਹਦੀ ਉਹ ਕਰਾਉਣੀ ਪੈਣੀ ਹੈ ਕੋਈ ਸੈਟਿੰਗ ਹੈ ਨਾ ਜੀ। ਤੇ ਆ ਵੀ ਦੇਖ ਲਓ ਨਵੀਂ ਟੈਕਨੋਲੋਜੀ। ਇਹ ਤਾਂ ਪੁਰਾਣਾ ਮਾਡਲ ਹੀ ਆ ਇਹ। ਹਾਂ, ਇੱਕ ਡੈਮੋ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ। ਇੰਜਨ ਦੇ ਵਿੱਚੋਂ ਬਣਤਰ ਗਰਾਰੀਆਂ ਵਗੈਰਾ ਕਿਵੇਂ ਆ ਸਾਰਾ ਕੁਝ। ਆ ਦੇਖੋ ਗੇਅਰ ਦਾ ਟੋਟਲੀ ਦਿਖਾਤਾ ਵੀ ਕਿਵੇਂ ਗੇਅਰ ਪੈਂਦੇ ਨੇ। ਅੰਦਰੂਨੀ ਹਿੱਸਾ ਜਿਹੜਾ ਟਰੈਕਟਰ ਦਾ ਉਹ ਲਾਇਆ ਹੋਇਆ ਕੰਪਨੀ ਨੇ ਸਾਰਾ। ਗਰਾਰੀਆਂ ਗਰੂਰੀਆਂ ਇੱਕ ਤਰ੍ਹਾਂ ਮਤਲਬ ਟਰੈਕਟਰ ਨੂੰ ਨਹੀਂ ਦੇਖ ਸਕਦੇ, ਇੱਥੋਂ ਦੇਖ ਸਕਦੇ ਆ। ਮਤਲਬ ਇੱਕ ਡੈਮੋ ਦੇ ਰੂਪ ਦੇ ਵਿੱਚ ਖੜਾਇਆ ਹੋਇਆ। ਹਾਂ, ਤੇ ਆ 5210 ਤੈਨੂੰ ਪਤਾ ਪਹਿਲਾਂ 5310 ਆਹ ਸ਼ੋਅ ਦੇ ਵਿੱਚ ਆਉਂਦਾ ਸੀ। ਹੁਣ ਸ਼ੋਅ ਦੀ ਬਦਲ ਗਈ, ਪਹਿਲਾਂ ਇਸ ਲੁੱਕ ਦੇ ਵਿੱਚ ਆਉਂਦਾ ਸੀ 5310। ਲੁੱਕ ਇਹ ਵੀ ਘੈਂਟ ਸੀ, ਪਰ ਨਵੀਂ ਲੁੱਕ ਨਵੀਂ ਲੁੱਕ ਵੀ ਬਹੁਤ ਵਧੀਆ। ਉਹ ਵੀ ਕੰਪਨੀ ਨੇ ਅਪਡੇਟ ਕੀਤੀ ਆ ਨਾ, ਕੁਝ ਸੋਚ ਕੇ ਕੀਤੀ ਆ। ਕੁਛ ਨਾ ਕੁਛ ਫਾਇਦਾ ਹੀ ਹੋਊਗਾ। ਉਹ ਜਿਹੜੀ CRDI ਟੈਕਨੋਲੋਜੀ ਆ ਉਹ DI ਨਾਲੋਂ ਵੀ ਉੱਤੇ ਆ। ਡੀਜ਼ਲ DI ਨਾਲੋਂ ਵੀ ਘੱਟ ਖਾਂਦਾ ਉਹ। ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ। ਨਵੀਂ ਵੀ ਕਿਵੇਂ ਲੱਗਿਆ ਟਰੈਕਟਰ ਨੂੰ ਕਰ ਦਿਓ ਸਬਸਕ੍ਰਾਈਬ ਤੇ ਪੇਜ ਨੂੰ ਕਰ ਦਿਓ ਫੋਲੋ। ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ।